ਉਹ ਜਿਵੇਂ ਕਹਿੰਦੇ ਨਾ ਆਪਾਂ ਛੋਟੇ ਹੁੰਦੇ ਤਾਸ਼ ਖੇਡਦੇ ਹੁੰਦੇ ਸੀ, ਨੈਲਾ ਖੁੱਲਦੇ ਸਾਰੀ ਉਹ ਯਾਦ ਆ ਜਾਂਦਾ ਨੈਲਾ ਉੱਥੇ ਪਿਆ ਸੀ, ਨੈਲੇ ਦੇ ਨੈਲਾ ਸਰ ਮੇਰੀ, ਸੱਤੀ ਦੇ ਸੱਤੀ ਸਰ ਮੇਰੀ, ਇਹ ਚੀਜ਼ ਤੁਹਾਡੇ ਨਾਲ ਹੋਣੀ ਸ਼ੁਰੂ। ਇੱਕ ਚ ਆਪਾਂ ਨੂੰ ਕਿਹਾ ਸੀ ਵੀ ਅਰਥ ਤੇ ਰਹਿ ਕੇ ਆਪਾਂ ਕਿਵੇਂ ਸਟੱਡੀ ਕਰ ਸਕਦੇ ਹਾਂ। ਐਗਜ਼ੈਕਟਲੀ। ਹੁਣ ਅੱਛਾ ਮੈਂ ਜਾਣ ਬੁੱਝ ਕੇ ਤੁਹਾਡੇ ਬ੍ਰੇਨ ਨੂੰ ਐਕਸਰਸਾਈਜ਼ ਕਰਵਾਈ ਆ, ਮੈਂ ਤੁਹਾਨੂੰ ਪਿੱਛੇ ਜਾਣ ਨਹੀਂ ਦਿੱਤਾ ਕਿ ਤੁਸੀਂ ਦੁਬਾਰਾ ਪੜ ਲਓ, ਮੈਂ ਤੁਹਾਨੂੰ ਪੈਨ ਪੈਨਸਲ ਨਹੀਂ ਇਸਤੇਮਾਲ ਕਰਨ ਦਿੱਤਾ ਕਿ ਤੁਸੀਂ ਹਾਈਲਾਈਟ ਕਰ ਲਓ, ਜਦਕਿ ਆਪਾਂ ਜਦੋਂ ਆਏ ਸੀ ਮੈਂ ਤੁਹਾਨੂੰ ਕਿਹਾ ਸੀ ਆਪਣੀ ਪੈਨਸਲ ਲਿਆਓ। ਹਾਂਜੀ। ਇਹ ਜਦੋਂ ਤੁਸੀਂ ਖੁਦ IELTS reading ਬਹੁਤ ਸਾਰੇ ਸਟੂਡੈਂਟਸ ਨੂੰ ਪਰੇਸ਼ਾਨ ਕਰਦੀ ਆ। ਸਟੂਡੈਂਟਸ ਨੂੰ ਇੱਦਾਂ ਹੀ ਲੱਗਦਾ ਰਹਿੰਦਾ ਕਿ ਉਹ ਆਂਸਰ ਦੇ ਆਸ ਪਾਸ ਘੁੰਮਦੇ ਰਹਿੰਦੇ ਨੇ, ਲੇਕਿਨ ਉਹਨਾਂ ਨੂੰ ਆਂਸਰ ਮਿਲਦਾ ਨਹੀਂ ਹੈ। ਕਿੱਦਾਂ ਉਹ ਆਪਣੀ ਰੀਡਿੰਗ ਨੂੰ ਇੰਪਰੂਵ ਕਰ ਸਕਦੇ ਨੇ, ਆਪਾਂ ਅੱਜ ਦਾ ਇਹ ਵੀਡੀਓ ਤੁਹਾਡੇ ਲਈ ਅਨਕੱਟ ਵੀਡੀਓ ਬਣਾ ਰਹੇ ਹਾਂ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਸਟੂਡੈਂਟ ਲੈਵਲ ਦੇ ਉੱਪਰ ਤੁਹਾਨੂੰ ਕੀ ਪਰੇਸ਼ਾਨੀ ਆ ਸਕਦੀ ਹੈ ਅਤੇ ਕਿੱਦਾਂ ਇੱਕ ਟੀਚਰ ਹੈ ਜਿਹੜਾ ਉਹ ਸਟੂਡੈਂਟ ਨੂੰ ਅੰਡਰਸਟੈਂਡਿੰਗ ਦੇ ਵਿੱਚ ਜਾਂ ਇੰਪਰੂਵਮੈਂਟ ਇਨ ਰੀਡਿੰਗ ਵਿੱਚ ਹੈਲਪ ਕਰ ਸਕਦਾ। ਅੱਜ ਦੇ ਵੀਡੀਓ 'ਚ ਇਹ ਸਟੂਡੈਂਟ ਹਰਮਨ ਮੇਰੇ ਨਾਲ ਨੇ, ਆਪਾਂ ਥੋੜ੍ਹੀ ਜਿਹੀ ਕੁਐਸਚਨ ਖਾਸ ਤੌਰ 'ਤੇ ਹੈਡਿੰਗਸ ਮੈਂ ਚੂਜ਼ ਕੀਤੇ ਨੇ ਜੋ ਸਟੂਡੈਂਟਸ ਨੂੰ ਬਹੁਤ ਮੁਸ਼ਕਲ ਲੱਗਦੇ ਨੇ ਅਤੇ ਇਹਨਾਂ ਹੈਡਿੰਗਸ ਨੂੰ ਕਿੱਦਾਂ ਅਟੈਂਪਟ ਕਰਨਾ ਅੱਜ ਆਪਾਂ ਇਸ ਵੀਡੀਓ 'ਚ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਹੈਡਿੰਗ ਜਦੋਂ ਹੈਗੇ ਨੇ ਕਰਨਾ ਜਾਂ ਕੋਈ ਵੀ ਕੁਐਸਚਨ ਟਾਈਪ ਕਰਨਾ, ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਸਾਨੂੰ ਪੈਸੇਜ ਕੀ ਮਿਲਿਆ। ਰੀਡ ਕਰੋ, ਪੈਸੇਜ ਦੀ ਹੈਡਿੰਗ ਕੀ ਆ? ਸਪੇਸ ਟਰੈਵਲ ਐਂਡ ਹੈਲਥ। ਸਪੇਸ ਟਰੈਵਲ ਐਂਡ ਹੈਲਥ ਦਾ ਮਤਲਬ ਇਹ ਹੈ ਕਿ ਸਾਨੂੰ ਇੱਕ ਸਕੋਪ ਆ ਜਿਹੜਾ ਉਹ ਡਿਫਾਈਨ ਕਰ ਦਿੱਤਾ ਕਿ ਅਸੀਂ ਸਪੇਸ ਦੇ ਵਿੱਚ ਟਰੈਵਲ ਕਰਨਾ, ਲੇਕਿਨ ਉੱਥੇ ਸਾਡੀ ਜਿਹੜੀ ਹੈਲਥ ਹੈਗੀ ਆ ਕਿ ਸਾਡੀ ਹੈਲਥ ਠੀਕ ਰਹੇ, ਮਤਲਬ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਸਾਨੂੰ ਇਹ ਪੈਸੇਜ ਰੀਡ ਕਰਨਾ ਜਾਂ ਸਮਝਣ ਦੀ ਕੋਸ਼ਿਸ਼ ਕਰਨੀ ਆ। ਪੂਰਾ ਪੈਰਾਗ੍ਰਾਫ ਕਿੰਨੇ ਪੈਰਾਗ੍ਰਾਫ 'ਚ ਡਿਵਾਈਡਡ ਆ? 7 ਏ ਟੂ ਜੀ। ਸੋ 7 ਪੈਰਾਗ੍ਰਾਫਸ ਨੇ। ਇਹਨਾਂ ਵਿੱਚ ਸਾਨੂੰ ਸਭ ਤੋਂ ਪਹਿਲੀ ਕੁਐਸਚਨ ਟਾਈਪ ਆ ਕਿ ਸਾਨੂੰ 5 ਪੈਰਾਗ੍ਰਾਫਸ ਦੇ ਕਰੈਕਟ ਹੈਡਿੰਗਸ ਨੂੰ ਲੱਭਣਾ। ਉਹਨੇ 2 ਹੈਡਿੰਗ ਸਾਨੂੰ ਦੇ ਵੀ ਦਿੱਤੇ ਨੇ, ਪੈਰਾਗ੍ਰਾਫ ਏ ਦਾ ਅਤੇ ਪੈਰਾਗ੍ਰਾਫ ਐੱਫ ਦਾ। ਸੋ ਐਜ਼ ਅ ਸਟੂਡੈਂਟ ਪਹਿਲਾਂ ਅਸੀਂ ਇਹ ਜਿਹੜੇ 2 ਸਟੇਟਮੈਂਟਸ ਨੇ ਉਹਨਾਂ ਨੂੰ ਕ੍ਰੋਸ ਕਰ ਦੇਣਾ, ਲਾਈਨ ਲੰਬੀ ਲਗਾ ਦੇਣੀ ਹੈ ਤਾਂ ਕਿ ਸਾਡਾ ਧਿਆਨ ਉਹਨਾਂ ਵੱਲ ਨਾ ਜਾਵੇ ਜਾਂ ਇਹ ਨਾ ਹੋਵੇ ਕਰਦੇ ਕਰਦੇ ਸਾਡੇ ਤੋਂ ਗਲਤੀ ਨਾਲ ਫਿਰ ਸੈਕਿੰਡ ਚੂਜ਼ ਹੋ ਜਾਏ ਜੋ ਕਿ ਆਲਰੇਡੀ ਗਿਵਨ ਆਨਸਰ ਆ, ਇੱਥੇ ਰਿਪੀਟ ਹੋ ਨਹੀਂ ਸਕਦਾ ਕੋਈ ਵੀ ਆਪਸ਼ਨ। ਸੋ ਜਿਹੜੇ ਗਿਵਨ ਆਪਸ਼ਨਸ ਨੇ ਆਪਾਂ ਉਹਨਾਂ ਨੂੰ ਪਹਿਲਾਂ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਰੀਡ ਕਰਕੇ ਅੰਡਰਸਟੈਂਡ ਕਰਾਂਗੇ। ਪਹਿਲਾ ਸਟੇਟਮੈਂਟ ਰੀਡ ਕਰੋ। ਦ ਪ੍ਰੋਬਲਮ ਆਫ ਡੀਲਿੰਗ ਵਿਦ ਐਮਰਜੈਂਸੀਸ ਇਨ ਸਪੇਸ। ਮੇਨ ਕੀਵਰਡ ਉੱਤੇ ਕੀ ਆਇਆ ਆਪਣੇ ਕੋਲ? ਪ੍ਰੋਬਲਮਸ ਐਂਡ ਡੀਲਿੰਗ ਵਿਦ ਐਮਰਜੈਂਸੀਸ। ਮੇਨ ਕੀਵਰਡ ਕੀ ਆਇਆ? ਪ੍ਰੋਬਲਮਸ ਐਂਡ ਐਮਰਜੈਂਸੀਸ। ਐਮਰਜੈਂਸੀਸ, ਠੀਕ ਹੈ। ਪ੍ਰੋਬਲਮ ਤੇ ਐਮਰਜੈਂਸੀ ਦਾ ਆਪਣੇ ਆਪ 'ਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ, ਕੋਈ ਬਿਮਾਰ ਹੋ ਜਾਏ ਤਾਂ ਅਸੀਂ ਕਹੀਏ ਐਮਰਜੈਂਸੀ 'ਚ ਲੈ ਗਏ ਆਪਾਂ ਉਹਨਾਂ ਨੂੰ। ਸੋ ਕਹਿਣਾ ਮਤਲਬ ਕੀ ਆ, ਇੱਕੋ ਦਮ ਜੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਫਿਰ ਕੀ ਹੋਏਗਾ? ਮਤਲਬ ਉੱਥੋਂ ਐਸਟ੍ਰੋਨੋਟ ਗਿਆ ਅਤੇ ਉੱਥੇ ਜਾ ਕੇ ਉਹਦੇ ਇੱਕੋ ਦਮ ਹੀ ਪੱਥਰੀ ਦਾ ਦਰਦ ਸਟਾਰਟ ਹੋ ਗਿਆ ਜਾਂ ਉਹਨੂੰ ਹਾਰਟ ਅਟੈਕ ਆ ਗਿਆ, ਇਹ ਐਮਰਜੈਂਸੀ ਸਿਚੁਏਸ਼ਨ ਹੋ ਗਈ। ਉਹ ਤੁਸੀਂ ਸੁਣਿਆ ਕਹਿੰਦੇ ਡਾਕਟਰ ਬੜਾ ਮਸ਼ਹੂਰ ਹੈ, ਕਹਿੰਦੇ ਪੱਥਰੀ ਦਾ ਇਲਾਜ ਕਰਦਾ, ਕਹਿੰਦਾ ਅੱਛਾ ਜੀ, ਕਹਿੰਦਾ ਕੱਲ੍ਹ ਇਹਨੇ 5-6 ਘੰਟੇ ਲਾ ਕੇ ਮਰੀਜ਼ ਦੇ ਜੇਬ 'ਚੋਂ ਪੱਥਰੀ ਕੱਢੀ ਆ। ਸੋ ਅਗਲਾ ਆਪਸ਼ਨ ਰੀਡ ਕਰੋ। ਸੈਕਿੰਡ ਗਿਵਨ ਹੈ। ਐਬਸੋਲਿਊਟਲੀ, ਮੈਂ ਜਾਣ ਕੇ ਚੈੱਕ ਕਰਿਆ ਸੀਗਾ ਕਿ ਬਾਕੀ ਸੈਕਿੰਡ ਹੁਣ ਰੀਡ ਕਰਨਗੇ ਜਾਂ ਉਹਨੂੰ ਸਕਿਪ ਕਰਨਗੇ, ਅਦਰਵਾਈਜ਼ ਇਹ ਤੁਹਾਡਾ ਟਾਈਮ ਦਾ ਵੇਸਟ ਹੋਏਗਾ। ਨੈਕਸਟ ਰੀਡ ਕਰੋ। ਵਾਈ ਐਕਸੀਡੈਂਟਸ ਆਰ ਸੋ ਕਾਮਨ ਇਨ ਆਊਟਰ ਸਪੇਸ। ਮਤਲਬ ਇੱਥੇ ਸਾਨੂੰ ਕੀ ਚੀਜ਼ ਨਜ਼ਰ ਆ ਰਹੀ ਹੈ? ਐਕਸੀਡੈਂਟਸ ਇੰਨੀ ਕਾਮਨ ਕਿਉਂ ਨੇ? ਮਤਲਬ ਕਿਉਂ ਜਦੋਂ ਅਸੀਂ ਸਪੇਸ ਵਿੱਚ ਟਰੈਵਲ ਕਰ ਰਹੇ ਹੁੰਦੇ ਹਾਂ ਤਾਂ ਫ੍ਰੀਕੁਐਂਟਲੀ ਐਕਸੀਡੈਂਟਸ ਹੋ ਜਾਂਦੇ ਨੇ? ਨੈਕਸਟ ਨੈਕਸਟ ਫੇਲ ਗਿਵਨ ਹੈ। ਸੋ ਐਗਜ਼ੈਕਟਲੀ, ਸੋ ਵਨਸ ਅਗੇਨ ਵੀ ਵਿਲ ਸਕਿਪ ਇਟ। ਨੈਕਸਟ ਵਨ, ਦ ਸਾਈਕੋਲੋਜੀਕਲ ਪ੍ਰੋਬਲਮਸ ਆਫ ਐਸਟ੍ਰੋਨੋਟ। ਸੋ ਸਟਰੋਂਗ ਕੀਵਰਡ ਇਜ਼ ਸਾਈਕੋਲੋਜਿਕ, ਕਿਉਂਕਿ ਸਾਰਾ ਹੀ ਪੈਰਾਗ੍ਰਾਫ ਸਪੇਸ, ਐਸਟ੍ਰੋਨੋਟ, ਟਰੈਵਲਿੰਗ ਇਨ ਸਪੇਸ, ਇੱਥੇ ਤੱਕ ਹੀ ਕੰਫਾਈਨਡ ਆ। ਇਹ ਵਰਡਸ ਤਾਂ ਰਿਪੀਟ ਹੋਣਗੇ, ਅਸੀਂ ਹਰ ਇੱਕ ਸਟੇਟਮੈਂਟ ਦੇ ਵਿੱਚ ਇੱਕ ਯੂਨੀਕ ਕੀਵਰਡ ਆਈਡੈਂਟੀਫਾਈ ਕਰਨਾ ਜੋ ਉਸ ਆਪਸ਼ਨ 'ਚ ਡਿਫਰੈਂਟ ਹੈ, ਐਂਡ ਦੈਟ ਇਜ਼ ਹੇਅਰ ਸਾਈਕੋਲੋਜੀਕਲ। ਨੈਕਸਟ, ਕੰਡਕਟਿੰਗ ਸਪੇਸ ਬਾਇਓਮੈਡੀਕਲ ਰਿਸਰਚ ਔਨ ਅਰਥ। ਮਤਲਬ ਉਹਨਾਂ ਗਿਵਨ ਦਿੱਤਾ ਹੀ ਮੈਂ ਕਹਿ ਰਿਹਾ ਕਿ ਇਹ ਸਟੂਡੈਂਟ ਇੱਕ ਤੁਹਾਡੇ ਵਰਗੇ ਸਟੂਡੈਂਟ ਨੇ ਜਿਹਨਾਂ ਨੂੰ ਬਹੁਤ ਚੀਜ਼ਾਂ ਸਮਝ ਵੀ ਆਉਣਗੀਆਂ, ਬਹੁਤ ਚੀਜ਼ਾਂ ਸਮਝ ਨਹੀਂ ਆਉਣਗੀਆਂ, ਲੇਕਿਨ ਅਸੀਂ ਪੈਨਿਕ ਨਹੀਂ ਕਰਨਾ ਕਿ ਮੈਨੂੰ ਚੀਜ਼ ਸਮਝ ਨਹੀਂ ਆ ਰਹੀ। ਅਸੀਂ ਆਪਣੇ ਬੇਸਿਕਸ ਤੱਕ ਕੰਫਾਈਨ ਰਹਿਣਾ, ਆਪਾਂ ਨੂੰ ਕੁਛ ਤਾਂ ਸਮਝ ਆਇਆ ਨਾ,
ਪਹਿਲੀ ਗੱਲ ਤਾਂ ਐਸਾ ਕੋਈ ਵਰਡ ਹੁੰਦਾ ਹੀ ਨਹੀਂਗਾ ਜਿਹੜਾ ਸਾਨੂੰ ਸਮਝ ਨਾ ਆਵੇ। ਇੱਥੇ ਵੀ ਦੇਖੋ ਕੰਡਕਟਿੰਗ ਸਪੇਸ ਬਾਇਓਮੈਡੀਕਲ ਰਿਸਰਚ ਔਨ ਅਰਥ ਸਾਰੇ ਇੰਗਲਿਸ਼ ਵਰਡ ਸਾਨੂੰ ਜਿਹੜੇ ਆਉਂਦੇ ਨੇ, ਮਤਲਬ ਰਿਸਰਚ ਕੰਡਕਟ ਕਰਨੀ ਹੈ, ਕਿੱਥੇ ਕੰਡਕਟ ਕਰਨੀ ਹੈ, ਆਪਾਂ ਵੈਸੇ ਵੀ ਰਿਸਰਚ ਕਿੱਥੇ ਕਰਦੇ ਹਾਂ, ਇੱਥੇ ਕਰਦੇ ਹਾਂ, ਲੇਕਿਨ ਇਹ ਕਿਉਂਕਿ ਸਪੇਸ ਦੀ ਗੱਲ ਕਰ ਰਿਹਾ, ਮਤਲਬ ਸਪੇਸ ਦੀ ਰਿਸਰਚ ਅਸੀਂ ਉੱਥੇ ਨਹੀਂ ਕਰਨੀ, ਔਨ ਅਰਥ ਹੀ ਕਰਨੀ ਹੈ। ਨੈਕਸਟ, the internal damage caused to the human body by space travel. strong keyword is damage. lekin keda internal damage matlab ki koi space ch travel kar raha hai ode body de andar koi damage ho gaya jehda upro nazar nahi aanda, theek hai na? par वैसे भी कहते हैं gravity kudan vadni shuru ho jandi hai, 5 7 9 10 ch jani shuru ho jandi hai, bp fluctuate karan lagda na, eda matlab ki hai, eh damage keda internal damage hai. next, how space biomedicine first begin, ਇਹਦਾ ਮਤਲਬ ਕੀ ਆ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਈ। ਇਹ ਵੈਸੇ ਫਸਟ ਪੈਰਾਗ੍ਰਾਫ ਦੀ ਹੋਣਾ ਚਾਹੀਦਾ ਸੀਗਾ ਜੇ ਇੰਟਰੋਡਕਟਰੀ ਜਾਂ ਪੈਰਾਗ੍ਰਾਫ ਹੁੰਦਾ, ਲੇਕਿਨ ਉਹਨੇ ਉਹਦੇ ਲਈ ਆਲਰੇਡੀ 4 ਚੂਜ਼ ਕੀਤਾ ਹੋਇਆ, ਵਟ ਇਜ਼ ਬਾਇਓਮੈਡ। ਦੇਖਿਆ ਉਹਦੀ ਵੀ ਸਾਊਂਡ ਬਿਲਕੁਲ ਸੇਮ ਆ ਨਾ, ਸੋ ਜਿਹਦੇ ਕਰਕੇ ਇੱਦਾਂ ਦੋ ਐਂਸਰਸ ਇੱਦਾਂ ਦੇ ਹੁੰਦੇ ਜਿਹੜੇ ਬਹੁਤ ਨੇੜੇ ਤੇੜੇ ਦੇ ਹੁੰਦੇ, ਜਿਨ੍ਹਾਂ ਵਿੱਚੋਂ ਤੁਹਾਨੂੰ ਇੱਕ ਚੂਜ਼ ਕਰਨਾ ਕਈ ਵਾਰੀ ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ। ਨੈਕਸਟ, the visible efforts of space travel, the visible effects of space travel on the human body. ਹੁਣ ਸਮਝ ਲੱਗੀ ਇਹਦੇ ਵਿੱਚ ਕੀ ਆ ਗਿਆ ਮੇਨ ਕੀਵਰਡ? ਹਿਊਮਨ ਬਾਡੀ ਤੇ ਕੀ ਇਫੈਕਟ ਪਾਉਂਦਾ ਹੈ, ਲੇਕਿਨ ਕਿਹੜੇ ਵਿਜ਼ੀਬਲ ਇਫੈਕਟਸ? ਹਾਂ, ਥੋੜੀ ਦੇਰ ਪਹਿਲਾਂ ਆਪਸ਼ਨ ਆਈ ਸੀ ਇੰਟਰਨਲ ਡੈਮੇਜ, ਲੇਕਿਨ ਹੁਣ ਕਹਿੰਦਾ ਵਿਜ਼ੀਬਲ ਇਫੈਕਟ, ਮਤਲਬ ਉਹਦੇ ਸ਼ਾਇਦ ਸੋਜ ਹੋ ਜਾਏਗੀ, ਉਹਦਾ ਸ਼ਾਇਦ ਲੱਤ ਟੁੱਟ ਜਾਏਗੀ, ਉਹਦਾ ਅੱਖ ਘੁੰਮ ਕੇ ਥੱਲੇ ਫਸੇ ਲੱਗ ਜਾਏਗੀ, ਜਾਂ ਕੁਝ ਵੀ ਹੋ ਜਾਏਗਾ ਸਪੇਸ 'ਚ ਟਰੈਵਲ ਕਰਨ ਨਾਲ। ਬਟ ਹੁਣ ਜਿਹੜਾ ਇਫੈਕਟ ਹੋਏਗਾ ਉਹ ਕਿਹੜਾ ਹੋਏਗਾ? ਵਿਜ਼ੀਬਲ ਹੋਏਗਾ, ਜੋ ਨਜ਼ਰ ਆਏਗਾ। ਐਂਡ ਲਾਸਟਲੀ, ਵਾਈ ਸਪੇਸ ਬਾਇਓਮੈਡੀਸਿਨ ਇਜ਼ ਨਾਓ ਨੈਸੈਸਰੀ, ਹੁਣ ਇਹ ਕਿਉਂ ਜ਼ਰੂਰੀ ਆ? ਆਪਾਂ ਐਜ਼ ਅ ਸਟੂਡੈਂਟ ਉਹਨਾਂ ਸਾਰੇ ਕੀਵਰਡਸ ਨੂੰ ਆਪਣੇ ਮਾਈਂਡ 'ਚ ਰੱਖ ਕੇ ਚੱਲਣਾ। ਹੁਣ ਦੇਖਣਾ ਕੀ ਹੋਏਗਾ, ਪਹਿਲਾਂ ਜੇਕਰ ਅਸੀਂ ਪੈਰਾਗ੍ਰਾਫ ਬੀ ਰੀਡ ਕਰਦੇ ਤਾਂ ਸਾਨੂੰ ਪੂਰਾ ਪੜ੍ਹ ਕੇ ਸਮਝਣਾ ਪੈਣਾ ਸੀਗਾ, ਫਿਰ ਇੱਧਰ ਆ ਕੇ ਇਕੱਲੀ ਇਕੱਲੀ ਆਪਸ਼ਨ 'ਚੋਂ ਲੱਭਣਾ ਪੈਣਾ ਸੀਗਾ, ਜਦੋਂ ਪੜ੍ਹਨਾ ਸੀ ਪੂਰਾ ਸਮਝਣਾ ਸੀ ਸਾਨੂੰ ਸਮਝ ਨਹੀਂ ਲੱਗਣੀ ਸੀ, ਫਿਰ ਇਕੱਲੇ ਇਕੱਲੇ ਆਪਸ਼ਨ ਦੇ ਵਿੱਚ ਜਦੋਂ ਮਾਈਨਸ ਕਰਨਾ ਸੀਗਾ ਤਾਂ ਜਿੰਨਾ ਅਸੀਂ ਪੜ੍ਹ ਕੇ ਇੱਧਰੋਂ ਜਾਣਾ ਸੀ ਉਹ ਵੀ ਉਲਟਾ ਸਾਨੂੰ ਭੁੱਲ ਜਾਣਾ ਸੀ। ਹੁਣ ਤੁਸੀਂ ਇਹ ਦੇਖੋਗੇ ਪਹਿਲੀ ਦੂਜੀ ਤੀਜੀ ਲਾਈਨ ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਓਗੇ ਇੱਕ ਲਾਈਨ ਆਪਣੇ ਆਪ ਹੀ ਆਏਗੀ, ਫਿਰ ਤੁਸੀਂ ਰੁਕ ਜਾਓਗੇ, ਤੁਸੀਂ ਕਹੋਗੇ ਇੱਦਾਂ ਦੀ ਮੈਂ ਆਪਸ਼ਨ ਉੱਧਰ ਪੜ੍ਹੀ ਸੀਗੀ। ਤੁਸੀਂ ਟਰਾਈ ਕਰੋ, ਡਰਾਓ, ਐਂਟਰੀ ਕਰੋ, ਦੇਖਿਆ ਤੁਹਾਨੂੰ ਮਿਲ ਲੱਗਣੀ। ਦਿਸ ਇਨਵੋਲਵਮੈਂਟ ਆਫ ਨਾਸਾ ਐਂਡ ਦਾ ESA ਰਿਫਲੈਕਟਸ ਗਰੋਇੰਗ ਕੰਸਰਨ ਦੈਟ ਦਾ ਫਿਜ਼ੀਬਿਲਿਟੀ ਆਫ ਟਰੈਵਲ ਟੂ ਅਦਰ ਪਲੈਨਟਸ ਐਂਡ ਬਿਓਂਡ ਇਜ਼ ਨੋ ਲੋਂਗਰ ਲਿਮਿਟਿਡ ਬਾਈ ਇੰਜੀਨੀਅਰਿੰਗ ਕੰਸਟਰਕਟਸ ਬਟ ਬਾਈ ਵਟ ਦਾ ਹਿਊਮਨ ਬਾਡੀ ਕੈਨ ਐਕਚੁਲੀ ਵਿਦਸਟੈਂਡ। The discovery of ice on Mars, for instance, means that there is now no necessity to design and develop a spacecraft large and powerful enough to transport the vast amounts of water needed to sustain the crew throughout journeys that may last many years without the necessary protection and medical treatment. However, their bodies would be devastated. What important word hai, acha word hai, by the limitingly hostile environment of space. Kuch tode brain mein message aaya hoga, exactly kada naam match kiya sir? Ek nahi nahi edo message traveling the related hai, kisi hor ਜੇ ਆਪਾਂ ਪਲੈਨਟ 'ਤੇ ਜੋ ਟਰੈਵਲ ਕਰਦੇ ਹਾਂ ਆਪਾਂ ਨੂੰ ਕਿਸ ਚੀਜ਼ ਦੀ ਨਿਸੈਸਰੀ ਹੁੰਦੀ ਹੈ ਹਿਊਮਨ ਬਾਡੀ ਨੂੰ? ਹੋਰ ਪੂਰੀ ਕੋਸ਼ਿਸ਼ ਕਰਿਆ ਕਰੋ ਕਿ ਮੈਂ ਪੂਰਾ ਜ਼ੋਰ ਲਾ ਦਿੰਦਾ ਕਿ ਪਹਿਲੀ ਲਾਈਨ 'ਚੋਂ ਕੱਢ ਲਿਆ, ਮੈਂ ਪਹਿਲੀ ਲਾਈਨ ਤੁਹਾਡੇ ਲਈ ਦੁਬਾਰਾ ਰੀਡ ਕਰਨਾ, ਦਿਮਾਗ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਇਨਵੋਲਵਮੈਂਟ ਆਫ ਨਾਸਾ ਐਂਡ ESA ਫਾਲਤੂ ਨੇ ਨਾਮ ਦਿੱਤੇ ਰਿਫਲੈਕਟਸ ਗਰੋਇੰਗ ਕੰਸਰਨ ਦੈਟ ਫਿਜ਼ੀਬਿਲਿਟੀ ਆਪਾਂ ਨਹੀਂ ਮੰਨ ਕੇ ਚੱਲਦੇ, ਮੰਨ ਉਹ ਤੁਹਾਨੂੰ ਨਹੀਂ ਪਤਾ। ਟਰੈਵਲ ਟੂ ਅਦਰ ਪਲੈਨਟ ਇਜ਼ ਨੋ ਲੋਂਗਰ ਲਿਮਿਟਡ ਬਾਈ ਇੰਜੀਨੀਅਰਿੰਗ ਬਟ ਵਟ ਹਿਊਮਨ ਬਾਡੀ ਕੈਨ ਐਕਚੁਲੀ ਵਿਦਸਟੈਂਡ। ਕੁਝ ਸਮਝ ਪਾ ਰਹੇ ਹੋ ਤੁਸੀਂ?
ਜੈਟ ਵੀ ਆਪਾਂ ਜਦੋਂ ਟਰੈਵਲ ਕਰਦੇ ਹਿਊਮਨ ਬੋਡੀ 'ਤੇ ਉਹਦਾ ਕੀ ਇਫੈਕਟ ਪੈਂਦਾ? ਕਹਿਣਾ ਚਾਹੁੰਦਾ ਕਿ ਨਾਸਾ ਇਹ ਸਾਰੀਆਂ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਹੁਣ ਇੰਜੀਨੀਅਰਿੰਗ ਸਾਡੇ ਲਈ ਕੋਈ ਕੰਸਟਰੇਂਟ ਨਹੀਂ ਰਹਿ ਗਈ ਵੀ ਸਾਡੇ ਕੋਲ ਕਿਉਂਕਿ ਇੱਦਾਂ ਦਾ ਏਅਰਕ੍ਰਾਫਟ ਨਹੀਂ ਤਾਂ ਅਸੀਂ ਉੱਥੇ ਨਹੀਂ ਜਾ ਸਕਦੇ। ਕਹਿੰਦਾ ਹੁਣ ਅਸੀਂ ਕਿਤੇ ਵੀ ਜਾ ਸਕਦੇ ਹਾਂ, ਲੇਕਿਨ ਲਾਰਜ ਐਂਡ ਪਾਵਰਫੁਲ ਇਨਫ ਟੂ ਟਰਾਂਸਪੋਰਟ, ਮਤਲਬ ਹਰ ਇੱਕ ਚੀਜ਼ ਪੋਸੀਬਲ ਆ, ਲੇਕਿਨ ਇੱਕ ਹੀ ਚੀਜ਼ ਆ ਜਿਹੜੀ ਕਿ ਕੀ ਸਾਡੇ ਕੋਲ ਮੈਡੀਕਲ ਟ੍ਰੀਟਮੈਂਟਸ ਜਾਂ ਪ੍ਰੋਟੈਕਸ਼ਨ ਐਸੀਆਂ ਹੈਗੀਆਂ ਨੇ ਕਿ ਸਾਡੀ ਬੋਡੀ ਉਸ ਚੀਜ਼ ਨੂੰ ਝੱਲ ਸਕਦੀ ਹੈ ਕਿ ਨਹੀਂ ਝੱਲ ਸਕਦੀ ਹੈ। ਸੋ ਮੇਨ ਅਤੇ ਕਿਉਂਕਿ ਸਾਡਾ ਗੱਲ ਵੀ ਸਾਰੀ ਕਰਦੇ ਨਾਲ ਸਪੇਸ ਟ੍ਰੇਵਲ ਅਤੇ ਹੈਲਥ ਨਾਲ ਰਿਲੇਟਡ ਆ। ਦੂਸਰਾ ਪੈਰਾਗ੍ਰਾਫ ਇਹਨੇ ਇਹਦੇ ਨਾਲ ਹੀ ਤੁਹਾਨੂੰ ਐਸੋਸੀਏਟ ਕਰਾਉਣਾ ਸੀਗਾ। ਸੋ ਇਸ ਕਰਕੇ ਤੁਹਾਡੇ ਸਾਹਮਣੇ ਸਿਰੇ ਕੰਸੈਪਟ ਕੀ ਬਣਦਾ, ਤੁਹਾਨੂੰ ਵੀ ਸਾਰਿਆਂ ਨੂੰ ਇਹ ਨਜ਼ਰ ਆ ਰਿਹਾ, ਨਾਲ ਦੇ ਨਾਲ ਆਪਸ਼ਨ ਕਿਹੜਾ ਕੈਂਸਰ ਤੁਸੀਂ ਲਗਾਓਗੇ, ਬਾਕੀ ਇਹਨਾਂ ਦਾ ਕੈਂਸਰ ਕਿਹਾ ਫਿਰ ਫਾਈਨਲ ਕਰ ਦਿਓ ਆਪਾਂ। ਅਤੇ ਇੱਕ ਹੋਰ ਚੀਜ਼ ਆ, ਹਰ ਇੱਕ ਕੁਐਸਚਨ ਦਾ ਇੱਕ ਸਰਟਨ ਅਮਾਊਂਟ ਆਫ ਟਾਈਮ ਹੁੰਦਾ ਉਹਦੇ ਅੰਦਰ ਕਿ ਆਪਾਂ ਉਹਨੂੰ ਕਰ ਲੈਣਾ ਚਾਹੀਦਾ। ਜੇ ਕੇਸ ਆਪਾਂ ਨੂੰ ਮੁਸ਼ਕਿਲ ਲੱਗਾ ਤਾਂ ਜੇ ਨਹੀਂ ਹੁੰਦਾ ਉਹਨੂੰ ਸਕਿਪ ਕਰ ਲੈਣਾ ਚਾਹੀਦਾ। ਹਰ ਤਰ੍ਹਾਂ ਦੇ ਕੁਐਸਚਨ ਨਜ਼ਰ ਆਉਣਗੇ, ਕੁਝ ਬਹੁਤ ਡਿਫਿਕਲਟ ਨਜ਼ਰ ਆਉਣਗੇ, ਕੁਝ ਬਹੁਤ ਈਜ਼ੀ ਹੋਣਗੇ, ਤਾਂ ਉਨਾ ਹੀ ਈਜ਼ੀ ਵਾਲਿਆਂ ਨੂੰ ਫੋਕਸ ਕਰਕੇ ਵੀ ਤੁਸੀਂ ਆਪਣਾ ਡਿਜ਼ਾਇਨ ਬੈਂਡ ਸਕੋਰ ਅਚੀਵ ਕਰ ਸਕਦੇ ਹੋ। ਤਾਂ ਇੱਥੇ ਤੁਹਾਡੇ ਬ੍ਰੇਨ ਨੂੰ ਸਿਰਫ ਇੱਕੋ ਹੀ ਮੈਸੇਜ ਦੇਣਾ ਚਾਹੀਦਾ ਕਿ ਇੰਜੀਨੀਅਰਿੰਗ ਨਹੀਂ ਹੁਣ ਕੋਈ ਸਾਡੇ ਲਈ ਮੁੱਦਾ ਹੈਗੀ, ਮੁੱਦਾ ਹੈਗੀ ਆ ਤਾਂ ਲੋਕਾਂ ਦੀ ਹੈਲਥ ਹੈਗੀ ਆ, ਅਸੀਂ ਕਿਵੇਂ ਠੀਕ ਰਹੀਏ, ਕਿਵੇਂ ਬਿਮਾਰੀਆਂ ਤੋਂ ਬਚ ਸਕੀਏ ਸਪੇਸ ਦੇ ਵਿੱਚ ਆ ਕੇ। ਸੋ ਵਾਈ ਲਾਸਟ ਵਨ, ਸਪੇਸ ਬਾਇਓਮੈਡੀਸਨ ਇਜ਼ ਨਾਓ ਨੈਸੈਸਰੀ। ਇਸ ਟਾਈਮ ਇਹਦੀ ਜ਼ਰੂਰਤ ਕਿਉਂ ਆ? ਕਿਉਂਕਿ ਬਾਕੀ ਸਾਰੀ ਟੈਕਨੋਲੋਜੀ ਤਿਆਰ ਪਈ, ਅਸੀਂ ਕਿਤੇ ਵੀ ਜਾਣ ਨੂੰ ਪ੍ਰੈਕਟੀਕਲੀ ਪੋਸੀਬਲ ਪਹੁੰਚ ਸਕਦੇ ਹਾਂ, ਲੇਕਿਨ ਸਿਰਫ ਇਹਦੇ ਕਰਕੇ ਅਸੀਂ ਅੱਜ ਜਾ ਨਹੀਂ ਪਾਏ ਜਾਂ ਰੁਕੇ ਹੋਏ ਹਾਂ, ਜਿਹਦੇ ਕਰਕੇ ਅੱਜ ਇਹਦੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ ਆ। ਪੈਰਾਗ੍ਰਾਫ ਸੀ ਰੀਡ ਕਰੋ, ਧਿਆਨ ਨਾਲ ਪੜ੍ਹਿਓ, ਉਨਾ ਕੁ ਪੜ੍ਹੋ ਕਿ ਮੈਂ ਕੁਛ ਸ਼ੁਰੂਆਤ ਹੁੰਦੇ ਸਾਰੀ ਇਹਦੇ 'ਚੋਂ ਆਂਸਰ ਕੱਢਣ ਦੀ ਕੋਸ਼ਿਸ਼ ਕਰਦੀ ਹਾਂ। ਦ ਮੋਸਟ ਓਬਵੀਅਸ ਫਿਜ਼ੀਕਲ ਚੇਂਜਿਸ ਅੰਡਰਗੋਨ ਬਾਈ ਪੀਪਲ ਇਨ ਜ਼ੀਰੋ ਗ੍ਰੈਵਿਟੀ ਆਰ ਅਸੈਂਸ਼ਲੀ ਹਾਰਮਲੈਸ, ਇਨ ਸਮ ਕੇਸਿਸ ਦੇ ਆਰ ਈਵਨ ਅਸਿਊਮਿੰਗ ਅਮਿਊਜ਼ਿੰਗ। ਦ ਬਲੱਡ ਐਂਡ ਅਦਰ ਫਲੂਇਡਸ ਆਰ ਨੋ ਲੋਂਗਰ ਡਰੈਗਡ ਡਾਊਨ ਟੂਵਰਡਸ ਫੇਡ ਬਾਏ ਦ ਗ੍ਰੈਵਿਟੀ ਆਫ ਅਰਥ, ਸੋ ਦੇ ਐਕਿਊਮੂਲੇਟ ਹਾਇਰ ਅਪ ਇਨ ਦ ਬੋਡੀ, ਕ੍ਰੀਏਟਿੰਗ ਵਟ ਇਜ਼ ਸਮਟਾਈਮਸ ਕੋਲਡ ਫੈਟ ਫੇਸ, ਟੂਗੈਦਰ ਵਿਦ ਦ ਕੰਟਰਾਸਟਿੰਗ ਚਿਕਨ ਲੈਗਸ ਐਸ ਦ ਕੀ ਆਨਸਰ ਹੋਏਗਾ? ਆਨਸਰ ਵਿਜ਼ੀਬਲ ਸਮੇਂ ਲੱਗੇ ਇਸ ਐਕਟੀਵਿਟੀ ਦਾ ਕੀ ਬੈਨੀਫਿਟ ਆ। ਇੱਥੇ ਜਦੋਂ ਹੀ ਤੁਸੀਂ ਪੜ੍ਹਨਾ ਸ਼ੁਰੂ ਕੀਤਾ, ਪੜ੍ਹਦੇ ਪੜ੍ਹਦੇ ਬਸ ਇੱਕ ਵਰਡ ਆਪਣੇ ਆਪ ਹੀ ਆ ਜਾਏਗਾ ਜਿਹੜੇ ਬ੍ਰੇਨ ਨੂੰ ਸਿਗਨਲ ਦੇਗਾ। ਜਦਕਿ ਹੁਣ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਤੋਂ ਲੈ ਕੇ 10 ਤੱਕ ਤੁਹਾਨੂੰ ਸਾਰੀਆਂ ਆਪਸ਼ਨ ਰਟੀਆਂ ਹੋਈਆਂ ਨੇ, ਬਟ ਇੱਕ ਆਈਡੀਆ ਤੁਹਾਡੇ ਬ੍ਰੇਨ ਨੇ ਸਟੋਰ ਕਰਕੇ ਰੱਖਿਆ। ਉਹ ਜਿਵੇਂ ਕਹਿੰਦੇ ਨਾ ਆਪਾਂ ਛੋਟੇ ਹੁੰਦੇ ਤਾਸ਼ ਖੇਡਦੇ ਹੁੰਦੇ ਸੀ, ਨੈਲਾ ਖੁੱਲ੍ਹਦੇ ਸਾਰੀ ਉਹ ਯਾਦ ਆ ਜਾਂਦਾ, ਨੈਲਾ ਉੱਥੇ ਪਿਆ ਸੀ, ਨੈਲੇ ਦੇ ਨੈਲਾ ਸਰ ਮੇਰੀ, ਸੱਤੀ ਦੇ ਸੱਤੀ ਸਰ ਮੇਰੀ, ਇਹ ਚੀਜ਼ ਤੁਹਾਡੇ ਨਾਲ ਹੋਣੀ ਸ਼ੁਰੂ ਹੋ ਜਾਏਗੀ। ਕਿਉਂਕਿ ਇੱਥੇ ਇਫੈਕਟ ਜਿਹੜਾ ਆ ਵਿਜ਼ੀਬਲ ਆਇਆ, ਜੋ ਸਾਫ਼ ਦੇਖ ਕੇ ਨਜ਼ਰ ਆ ਰਿਹਾ, ਐਂਡ ਦੈਟਸ ਅ ਰੀਜ਼ਨ ਉਹ ਜਿਹੜੀ ਵੀ ਆਪਸ਼ਨ ਹੋਵੇ ਉਹ ਸਾਡਾ ਆਨਸਰ ਹੋ ਜਾਏਗੀ ਡੀ ਆਪਸ਼ਨ। Much more serious are the unseen consequences after months or years in space with no gravity. ਲੱਗਦਾ ਕਿ ਇੱਕ ਲਾਈਨ ਨੂੰ ਮੈਨੂੰ ਕਲੀਅਰ ਕਰਨਾ ਚਾਹੀਦਾ ਕਿ ਨਹੀਂ ਕਿ ਆਨਸਰ ਹੋ ਸਕਦਾ ਜਾਂ ਨਹੀਂ ਹੋ ਸਕਦਾ। ਉਨਾ ਜ਼ਿਆਦਾ ਪੜ੍ਹੋਗੇ, ਸੋਰੀ ਜਿੰਨਾ ਜ਼ਿਆਦਾ ਪੜ੍ਹੋਗੇ ਬ੍ਰੇਨ ਕੋਲ ਉਨੀ ਜ਼ਿਆਦਾ ਇਨਫੋਰਮੇਸ਼ਨ ਹੋ ਜਾਏਗੀ, ਉਹਨੂੰ ਸਿਲੈਕਟਿਵ ਹੋਣਾ ਔਖਾ ਹੋ ਜਾਏਗਾ। ਜਿੰਨਾ ਘੱਟ ਰਹੇ ਕਿ ਆਪਣੇ ਆਪ ਨੂੰ ਮਜਬੂਰ ਕਰੋ ਕਿ ਇਹਦੇ 'ਚ ਆਨਸਰ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਨਹੀਂ ਮਿਲ ਰਿਹਾ ਫਿਰ ਅੱਗੇ ਮੂਵ ਕਰੋ ਮਿਲਦੇ। ਬਟ ਸਿਰਫ ਪੜ੍ਹਨ ਲਈ ਨਹੀਂ ਪੜ੍ਹਨਾ, ਆਪਾਂ ਰਿਲੇਟ ਕਰਨ ਲਈ ਪੜ੍ਹਨਾ। ਹੁਣ ਤੁਹਾਡਾ ਧਿਆਨ ਗਿਆ ਅਤੇ ਤੁਹਾਨੂੰ ਦਿਖਣ ਲੱਗ ਪਿਆ, ਹੁਣ ਕੀ ਆ ਗਿਆ? ਸਰ ਇਹ 'ਚ ਆਪਾਂ ਪਹਿਲਾਂ ਵਿਜ਼ੀਬਲ ਇੰਜਰੀਸ ਦੇਖੀਆਂ ਸੀ, ਹੁਣ ਆਪਾਂ ਇਨਵਿਜ਼ੀਬਲ ਦੇਖੀਆਂ ਨੇ ਜੋ ਇਨਰ ਨੇ ਇੰਟਰਨਲ। ਯੈਸ, ਉਹਨੇ ਇੰਟਰਨਲ ਵਰਡ ਯੂਜ਼ ਕੀਤਾ ਸੀਗਾ ਕਿ ਕੁਝ ਇੰਟਰਨਲ ਵਾਲੀਆਂ ਨੇ। ਸੋ ਵਾਂਸ ਅਗੇਨ ਮੈਨੂੰ ਉੱਧਰ ਔਫਕੋਰਸ ਰੀਡਿੰਗ ਜਦੋਂ ਕਰ ਰਹੇ ਹਾਂ ਪੇਪਰ ਦੇਣਾ, ਆਪਾਂ ਦੇਖ ਕੇ ਤੁਸੀਂ ਆਪਸ਼ਨ ਲਗਾ ਲਓਗੇ ਕਿਹੜੀ, ਲੇਕਿਨ ਵਾਂਸ ਅਗੇਨ ਮੇਰੀ 100% ਸੈਟਿਸਫੈਕਸ਼ਨ ਹੋਗੀ ਕਿ ਇਹ ਮੇਰਾ ਆਨਸਰ ਠੀਕ ਹੋਏਗਾ। ਉਹ ਠੀਕ ਨਾ ਵੀ ਹੋਏ ਤਾਂ ਕੋਈ ਗੱਲ ਨਹੀਂ, ਲੇਕਿਨ ਇੱਕ ਕੋਨਫੀਡੈਂਸ ਲੈਵਲ ਅਤੇ ਇੱਕ ਐਨਰਜੀ ਲੈਵਲ ਬਣਦਾ ਜਾਂਦਾ ਕਿ ਮੈਂ ਅਗਲੀ ਰੀਡਿੰਗ ਹੋਰ ਜ਼ਿਆਦਾ ਇੰਟਰਸਟ ਅਤੇ ਮਜ਼ੇ ਦੇ ਨਾਲ ਕਰਾਂ। ਈ ਪੈਰਾਗ੍ਰਾਫ ਤਿਆਰ।
ਟੂ ਮੇਕ ਮੈਟਰਸ ਵਰਸ ਆ ਵਾਈਡ ਰੇਂਜ ਆਫ ਮੈਡੀਕਲ ਡਿਫੀਕਲਟੀ ਲਿਖਣ ਦੇ ਫਲੋ ਨੂੰ ਸਮਝ ਰਹੇ ਪਹਿਲਾਂ ਉਹਨੇ ਕਿਹਾ ਵੀ ਫੇਸ ਭਾਰਾ ਹੋ ਜਾਂਦਾ ਗ੍ਰੈਵਿਟੀ ਥੱਲੇ ਨੂੰ ਵੀ ਬਲੱਡ ਖਿੱਚਦੀ ਹੈ ਨਾ ਹਾਂਜੀ ਉਹ ਕਹਿੰਦੀ ਬਲੱਡ ਥੱਲੇ ਨਹੀਂ ਜਾਂਦਾ ਉੱਪਰ ਨੂੰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਅਕਿਊਮੂਲੇਟ ਵਰਡ ਦੇਖਿਆ ਸੀਗਾ ਇਕੱਠਾ ਹੋਣਾ ਭਾਰਾ ਹੋ ਜਾਣਾ ਮੂੰਹ ਵੱਡਾ ਵੱਡਾ ਹੋ ਜਾਂਦਾ ਚਿਕਨ ਲੈਗਸ ਪਤਲੀਆਂ ਜਿਹੀਆਂ ਹੋ ਜਾਂਦੀਆਂ ਨੇ ਇੱਕ ਤਾਂ ਹਾਜੀ ਦੱਸ ਫਿਰ ਉਹਨੇ ਕਹਿੰਦਾ ਵੀ ਕੁਝ ਇੰਟਰਨਲ ਵੀ ਹੋ ਜਾਂਦੇ ਨੇ ਇੰਟਰਨਲ ਅੰਦਰ ਕੋਈ ਨੁਕਸਾਨ ਹੋ ਜਾਏਗਾ ਜਿਹੜਾ ਤੁਹਾਨੂੰ ਬਾਹਰੋਂ ਦਿਖਣਾ ਨਹੀਂ ਗਾ ਹੁਣ ਟੂ ਮੇਕ ਬੈਟਰ ਵਰਡਸ ਮਤਲਬ ਉਸੇ ਚੀਜ਼ ਨੂੰ ਹੀ ਅੱਗੇ ਚਲਾ ਰਿਹਾ ਮਤਲਬ ਹੁਣ ਇੱਕ ਹੋਰ ਚੀਜ਼ ਦੱਸਣ ਲੱਗਾ ਕਿ ਟੂ ਮੇਕ ਮੈਟਰਸ ਵਰਸ ਆ ਵਾਈਡ ਰੇਂਜ ਆਫ ਮੈਡੀਕਲ ਡਿਫੀਕਲਟੀਜ਼ ਕੈਨ ਅਰਾਈਜ ਇਨ ਦਾ ਕੇਸ ਆਫ ਐਨ ਐਕਸੀਡੈਂਟ ਔਰ ਸੀਰੀਅਸ ਇਲਨੈਸ ਵੈਨ ਦਾ ਪੇਸ਼ੈਂਟ ਇਜ਼ ਮਿਲੀਅਨਸ ਆਫ ਕਿਲੋਮੀਟਰਸ ਫਰੋਮ ਅਰਥ ਇਹ ਸੀ ਵੀ ਐਕਸੀਡੈਂਟਸ ਵਾਲਾ ਇੱਕ ਸੀ ਕਿਹੜਾ ਵਰਡ ਯੂਜ਼ ਕੀਤਾ ਸੀ ਉੱਧਰ ਜੋ ਤੁਸੀਂ ਕਹਿੰਦੇ ਸੀ ਆਹ ਤੇ ਆਹ ਤੇ ਮੈਂ ਕਿਹਾ ਸੀ ਇਹਦੀ ਤਾਂ ਲੋੜ ਹੀ ਨਹੀਂ ਤਾਂ ਪ੍ਰੋਬਲਮ ਪ੍ਰੋਬਲਮਸ ਐਂਡ ਐਕਸੀਡੈਂਟਸ ਐਮਰਜੈਂਸੀਸ ਐਮਰਜੈਂਸੀਸ ਸੋ ਉਹ ਐਮਰਜੈਂਸੀਸ ਇਧਰ ਉਹਨੇ ਐਕਸੀਡੈਂਟ ਕਹਿਤਾ ਤਾਂ ਦੋਨੋਂ ਗੱਲਾਂ ਮੈਚ ਕਰ ਗਈਆਂ ਇਹੀ ਆਪਸ਼ਨ ਸਾਡੀ ਆਨਸਰ ਬਣ ਜੂਗੀ ਅਗਲਾ ਪੈਰਾਗ੍ਰਾਫ ਆ ਗਿਆ ਐਫ ਕਿਤੇ ਐਫ ਉਹਨੇ ਦਿੱਤਾ ਤਾਂ ਨਹੀਂ ਹੋਇਆ ਸੀ ਨੋ ਸਰ ਉਹ ਦਿੱਤਾ ਹੋਇਆ ਸੀ ਆਪਾਂ ਨੂੰ ਸੋ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਸਟੂਡੈਂਟ ਆਪਣਾ ਹੁਣ ਐਕਸਾਈਟਮੈਂਟ 'ਚ ਆ ਗਿਆ ਵੀ ਮੈਨੂੰ ਲੱਭੀ ਜਾਂਦੇ ਮੈਨੂੰ ਲੱਭੀ ਜਾਂਦੇ ਹੁਣ ਮੈਂ ਐਫ ਵੀ ਲੱਭ ਲੈਣਾ ਪੂਰੇ ਦਿਨ ਦੀ ਮਿਹਨਤ ਕਰਕੇ ਜਦੋਂ ਐਫ ਲੱਭੋਗੇ ਪਤਾ ਲੱਗਿਆ ਉੱਧਰ ਪਹਿਲਾਂ ਹੀ ਦਿੱਤਾ ਸੀ ਜਿਹਦੇ ਕਰਕੇ ਆਪਾਂ ਉਹਨੂੰ ਅਵੋਇਡ ਕਰਾਂਗੇ ਹੁਣ ਲਾਸਟ ਪੈਰਾਗ੍ਰਾਫ ਕਿਹੜਾ ਜੀ ਪੈਰਾਗ੍ਰਾਫ ਲਾਸਟ ਪੈਰਾਗ੍ਰਾਫ ਆ ਅਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲਾਸਟ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਜ਼ਿਆਦਾਤਰ future oriented information nazar aandi hai takdo nevertheless there is still one major obstacle to carrying out studies into the effects of space travel how to do so without going to the enormous expensive of actually working in space athe rok lo apne aap dobara dekh lo tonu nahi samajh aane te kare dobara roko jehde jehde okhe words hunde unna nu bahar kad de ਠੀਕ ਹੈ ਜਿਹੜੀ ਤੁਹਾਨੂੰ ਪਰੇਸ਼ਾਨ ਕਰੇ ਚੀਜ਼ ਉਹਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਦਿਉ ਤੁਹਾਡੀ ਜ਼ਿੰਦਗੀ ਬਹੁਤ ਆਸਾਨ ਹੋ ਜਾਏਗੀ ਦੇਰ ਇਜ਼ ਸਟਿਲ ਵਨ ਮੇਜਰ ਓਬਸਟੇਕਲ ਤੁਹਾਨੂੰ ਪਤਾ ਓਬਸਟੇਕਲ ਕੀ ਹੁੰਦਾ ਮਤਲਬ ਕੋਈ ਪਰੇਸ਼ਾਨੀ ਰੁਕਾਵਟ ਟੂ ਕੈਰੀ ਆਊਟ ਸਟੱਡੀਜ਼ ਇਨ ਟੂ ਦੀ ਇਫੈਕਟ ਆਫ ਸਪੇਸ ਟਰੈਵਲ ਮਤਲਬ ਇੱਕ ਬੜੀ ਵੱਡੀ ਰੁਕਾਵਟ ਆ ਕਿ ਅਸੀਂ ਇਹ ਕੰਡਕਟ ਕਿਵੇਂ ਕਰੀਏ ਹਾਊ ਟੂ ਡੂ ਸੋ ਵਿਦਆਊਟ ਗੋਇੰਗ ਟੂ ਦੀ ਐਕਸਪੈਂਸ ਆਫ ਵਰਕਿੰਗ ਇਨ ਸਪੇਸ ਮਤਲਬ ਸਪੇਸ 'ਚ ਵਰਕ ਕੀਤੇ ਬਿਨਾਂ ਆਪਾਂ ਉਹਨਾਂ ਨੂੰ ਕਿਵੇਂ ਸੋਲਵ ਕਰੀਏ ਹੁਣ ਇਹ ਬਿਮਾਰੀ ਮੈਨੂੰ ਜੇ ਸਪੇਸ 'ਚ ਹੋਣੀ ਆ ਤਾਂ ਸਾਰੇ ਡਾਕਟਰ ਸਾਰੀ ਮਸ਼ੀਨਰੀ ਸਾਰਾ ਕੁਝ ਸਪੇਸ 'ਚ ਲੈ ਕੇ ਜਾਣਾ ਪਏਗਾ ਉੱਥੇ ਜਾ ਕੇ ਉਹਨੂੰ ਟਰਾਈ ਕਰਨਾ ਪਏਗਾ ਜੇ ਉਹ ਸੈੱਟ ਹੋ ਜਾਂਦੀ ਹੈ ਤਾਂ ਅਸੀਂ ਕਹਾਂਗੇ ਵੀ ਅਸੀਂ ਰਿਸਰਚ ਕੀਤੀ ਅਤੇ ਸਾਨੂੰ ਉਹਦਾ ਇਲਾਜ ਮਿਲ ਗਿਆ ਅਤੇ ਕਹਿੰਦਾ ਹੁਣ ਉੱਥੇ ਜਾਏ ਬਿਨਾਂ ਕਿਵੇਂ ਕਰੀਏ ਅੱਗੇ ਪੜ੍ਹੋ ਟੂ ਸਿਮੂਲੇਟ ਕੰਡੀਸ਼ਨਸ ਇਨ ਜ਼ੀਰੋ ਗ੍ਰੈਵਿਟੀ One tried and tested method is to work underwater, but the Space Biomedicine Centers are also looking at other ideas. ਠੀਕ ਹੈ ਇੱਕ ਹੋਰ ਵੀ ਤਰੀਕਾ ਹੁੰਦਾ ਕਿ ਜਾਂਦੇ ਜਾਂਦੇ ਨਾਲ ਫਰਜ਼ ਦੇ ਨਾਲ ਤੁਸੀਂ ਲਾਸਟ ਲਾਈਨ ਵੀ ਪੜ੍ਹ ਸਕਦੇ ਹੋ ਜੇ ਪੜ੍ਹਨੀ ਚਾਹੁੰਦੇ ਹੋ ਪੜ੍ਹ ਸਕਦੇ ਹੋ ਨਹੀਂ ਤਾਂ ਕੀ ਤੁਹਾਨੂੰ ਕੋਈ ਆਈਡੀਆ ਹੋਇਆ ਉੱਥੇ ਤੱਕ ਕੀ ਮਿਲ ਸਕਦਾ ਆਪਾਂ ਨੂੰ ਸੋ ਮੈਨੂੰ ਇਹ 'ਚ ਪਹਿਲਾਂ ਐਂ ਲੱਗ ਰਿਹਾ ਸੀ ਵੀ ਉਹਨਾਂ ਨੇ ਇੱਕ 'ਚ ਆਪਾਂ ਨੂੰ ਕਿਹਾ ਸੀ ਵੀ ਅਰਥ 'ਤੇ ਰਹਿ ਕੇ ਆਪਾਂ ਕਿਵੇਂ ਸਟੱਡੀ ਕਰ ਸਕਦੇ ਹਾਂ ਹੁਣ ਅੱਛਾ ਮੈਂ ਜਾਣ ਬੁੱਝ ਕੇ ਤੁਹਾਡੇ ਬ੍ਰੇਨ ਨੂੰ ਐਕਸਰਸਾਈਜ਼ ਕਰਵਾਈ ਆ ਮੈਂ ਤੁਹਾਨੂੰ ਪਿੱਛੇ ਜਾਣ ਨਹੀਂ ਦਿੱਤਾ ਕਿ ਤੁਸੀਂ ਦੁਬਾਰਾ ਪੜ੍ਹ ਲਓ ਮੈਂ ਤੁਹਾਨੂੰ ਪੈਨ ਪੈਨਸਿਲ ਨਹੀਂ ਇਸਤੇਮਾਲ ਕਰਨ ਦਿੱਤਾ ਕਿ ਤੁਸੀਂ ਹਾਈਲਾਈਟ ਕਰ ਲਓ ਜਦਕਿ ਆਪਾਂ ਜਦੋਂ ਆਏ ਸੀ ਮੈਂ ਤੁਹਾਨੂੰ ਕਿਹਾ ਸੀ ਆਪਣੀ ਪੈਨਸਿਲ ਲਿਆਓ ਹਾਂਜੀ ਇਹ ਜਦੋਂ ਤੁਸੀਂ ਖੁਦ ਕਰੋਗੇ ਤੁਹਾਨੂੰ ਦੇਖਿਓ ਕਿੰਨਾ ਮਜ਼ਾ ਆਏਗਾ ਤੁਹਾਨੂੰ ਆਪਣੇ ਬ੍ਰੇਨ ਨੂੰ ਚੈਲੇਂਜ ਕਰਕੇ ਮਜ਼ਾ ਆਏਗਾ ਕਿ ਮੈਂ ਤੈਨੂੰ ਦੁਬਾਰਾ ਨਹੀਂ ਪੜ੍ਹਨ ਦੇਣਾ ਇੱਕ ਵਾਰੀ ਕੁਐਸਚਨ ਕਰਾਤਾ ਹੁਣ ਨਹੀਂ ਮੈਂ ਪੜ੍ਹਨ ਦੇਣਾ ਮੈਂ ਨਹੀਂ ਤੈਨੂੰ ਹਾਈਲਾਈਟ ਕਰਨਾ ਦੇਣਾ ਮੈਂ ਨਹੀਂ ਤੈਨੂੰ ਲਿਖਣ ਦੇਣਾ ਤੂੰ ਮੈਨੂੰ ਯਾਦ ਰੱਖਵਾ ਦੇਖਦਾ ਤੂੰ ਯਾਦ ਰੱਖਵਾ ਪਾਉਂਦਾ ਕਿ ਨਹੀਂ ਪਾਉਂਦਾ ਸੋ ਇਹੀ ਚੀਜ਼ ਆ ਬਿਲਕੁਲ ਦੇਖੋ ਹੁਣ ਉੱਧਰ ਆਪਸ਼ਨ ਇਹੀ ਸੀਗੀ ਕਿ ਦੋ ਸੀਗੀਆਂ ਹੁਣ ਮੈਂ ਤੁਹਾਨੂੰ ਦੱਸਦਾ ਹਾਊ ਸਪੇਸ ਮੈਡੀਕਲ ਕੈਨ ਹੈਲਪ ਪੇਸ਼ੈਂਟ ਔਨ ਅਰਥ ਇਹ ਸਾਨੂੰ ਕਨਫਿਊਜ਼ ਨਹੀਂ ਕਰ ਸਕਦੀ ਕਿਉਂਕਿ ਅਰਥ ਵਾਲਾ ਸੈਕਿੰਡ ਆਪਸ਼ਨ ਆਲਰੇਡੀ ਇਹਨਾਂ ਨੂੰ ਕਹਿੰਦੀ ਆਪਾਂ ਵਿਕਿਆ ਹੋਇਆ ਫਿਰ ਕਹਿੰਦਾ ਕਿ ਕੰਡਕਟਿੰਗ ਸਪੇਸ ਬਾਇਓਮੈਡੀਕਲ ਰਿਸਰਚ
ਔਨ ਅਰਥ ਇਹੀ ਸਾਡਾ ਕਰੈਕਟ ਆਨਸਰ ਆ ਕਿਉਂਕਿ ਉਹ ਕਹਿੰਦਾ ਵੀ ਇੰਨੇ ਖਰਚੇ ਨੂੰ ਅਸੀਂ ਕਿਵੇਂ ਬਚਾ ਲਈਏ ਉਹਦੀ ਆਪਸ਼ਨ ਇਹੀ ਹੈ ਕਿਉਂਕਿ ਇੱਕ ਵਰਡ ਆਇਆ ਸੀ ਬਹੁਤ ਸਵੀਟ ਸ਼ਾਇਦ ਤੁਹਾਨੂੰ ਉਹਦਾ ਪਤਾ ਨਾ ਹੋਵੇ ਸਿਮੂਲੇਟ ਜੀ ਸਿਮੂਲੇਟ ਸਮਝ ਨੂੰ ਕੀ ਹੁੰਦਾ ਸਿਮੂਲੇਸ਼ਨ ਜਿਵੇਂ ਆਪਣੇ ਇੱਥੇ ਬੜਾ ਮਸ਼ਹੂਰ ਹੈਗਾ ਆਪਣਾ ਸਾਇੰਸ ਸਿਟੀ ਉੱਥੇ ਬੱਚੇ ਜਾਂਦੇ ਨੇ ਉੱਥੇ ਇੱਕ ਜਹਾਜ਼ ਜਿਹਾ ਬਣਿਆ ਹੋਇਆ ਉਹਦੇ ਅੰਦਰ ਤੁਸੀਂ ਬਹਿਨੋ ਇੱਦਾਂ ਦੀ ਫੀਲਿੰਗ ਆਉਂਦੀ ਹੈ ਤੁਸੀਂ ਕਿਸੇ ਰੀਅਲ ਜਹਾਜ਼ ਦੇ ਵਿੱਚ ਬੈਠੇ ਹੋਏ ਹੋ ਲੇਕਿਨ ਉਹ ਅਸਲ ਵਿੱਚ ਜਹਾਜ਼ ਨਹੀਂ ਗਾ ਜਾਂ ਜਹਾਜ਼ ਵਾਂਗੂ ਉੱਡ ਨਹੀਂ ਰਿਹਾ ਉਹਨੂੰ ਕਹਿੰਦੇ ਆ ਸਿਮੂਲੇਟਰ ਸਿਮੂਲੇਟ ਕਰਨਾ ਜਾਂ ਸਿਮੂਲੇਟਰ ਉਹ ਚੀਜ਼ ਹੁੰਦੀ ਹੈ ਜੋ ਕਿਸੇ ਹੋਰ ਚੀਜ਼ ਦੀ ਹੂਬਹੂ ਨਕਲ ਕਰ ਲਏ ਕਹਿੰਦੇ ਕਿ ਅਸੀਂ ਬਿਲਕੁਲ ਸਪੇਸ ਵਰਗਾ ਇਨਵਾਇਰਮੈਂਟ ਅੰਡਰ ਵਾਟਰ ਪਲੈਨਟ ਦੇ ਉੱਪਰ ਹੀ ਕ੍ਰੀਏਟ ਕਰਕੇ ਅਸੀਂ ਉਹ ਰਿਸਰਚ ਕਰਾਂਗੇ ਤਾਂ ਅਸੀਂ ਉੱਥੇ ਜਾਣ ਦੇ ਖਰਚੇ ਤੋਂ ਬਚ ਸਕਦੇ ਹਾਂ ਕਿੱਦਾਂ ਦੀ ਰਹੀ ਅੱਜ ਦੀ ਰੀਡਿੰਗ ਐਂਡ ਹਰਮਨ ਤੁਸੀਂ ਪਹਿਲਾਂ ਇਹ ਪੈਸੇਜ ਦੇਖਿਆ ਸੀ ਜਾਂ ਕੀਤਾ ਸੀ ਕਦੇ ਜਾਂ ਨਹੀਂ ਕੀਤਾ ਸੀ ਠੀਕ ਹੈ ਨਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਬੱਚੇ ਨੂੰ ਤਿਆਰ ਕਰਕੇ ਲਿਆਏ ਹਾਂ ਅਤੇ ਇੱਥੇ ਇਹਨੇ ਕਿੰਨੇ ਕੁ ਨੈਚੁਰਲੀ ਰੀਡ ਕੀਤਾ ਜਾਂ ਜੋ ਵੀ ਕੀਤਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਅੱਜ ਮੈਂ ਕੈਮਰਾ ਦੇ ਅੱਗੇ ਹਾਂ ਜਾਂ ਰਿਕਾਰਡਿੰਗ ਹੋਣੀ ਆ ਅਤੇ ਜਿਹਦੇ ਕਰਕੇ ਇਹ ਅਨਕਟ ਵੀਡੀਓ ਤੁਹਾਨੂੰ ਇਹੀ ਸਮਝਾ ਰਿਹਾ ਕਿ ਅਗਰ ਜੇ ਇਹ ਕਰ ਸਕਦੇ ਨੇ ਤਾਂ ਤੁਸੀਂ ਵੀ ਕਰ ਸਕਦੇ ਹੋ ਹੁਣ ਇਹਨਾਂ ਦੇ ਕਿੰਨੇ ਗਲਤ ਹੋਏ ਕਿੰਨੇ ਗਲਤ ਹੋਏ ਤੁਹਾਡੇ ਸਰ ਆਈ ਥਿੰਕ ਵਨ ਇੱਕ ਹੀ ਗਲਤ ਹੋਇਆ ਨਾ ਪਹਿਲਾਂ ਹੀ ਜੀ ਅਤੇ ਮੈਂ ਪਹਿਲਾਂ ਹੀ ਕੀ ਕਿਹਾ ਸੀਗਾ ਔਖੇ ਵੀ ਆਉਣਗੇ ਸੌਖੇ ਵੀ ਆਉਣਗੇ ਔਖਿਆਂ ਦੇ ਨਾਲ ਉਲਝਣਾ ਨੀਗਾ ਅਤੇ ਸੌਖਿਆਂ ਨੂੰ ਛੱਡਣਾ ਨੀਗਾ ਅਸੀਂ ਕੋਈ ਬੈਂਡ 9 ਟਾਰਗੇਟ ਨਹੀਂ ਲੈ ਕੇ ਚੱਲ ਰਹੇ ਆ ਜਾਣਗੇ ਤਾਂ ਬੜੀ ਵਧੀਆ ਗੱਲ ਉਹ ਜਦੋਂ 6, 7, 8 ਆਉਣੇ ਸ਼ੁਰੂ ਹੋ ਗਏ 9 ਵੀ ਆਉਣਗੇ ਲੇਕਿਨ ਪਹਿਲਾਂ ਹੀ ਅਸੀਂ ਸਮਝ ਕੇ ਵੀ ਸਾਰੇ ਠੀਕ ਕਰਨੇ ਆ ਉਹਦੇ ਨਾਲ ਆਪਾਂ ਅੜੀ ਕਰਕੇ ਬਹਿ ਜਾਈਏ ਵੀ ਆਹ ਜਿੰਨੇ ਅੰਦਰ ਤੂੰ ਠੀਕ ਨਹੀਂ ਹੁੰਦਾ ਮੈਂ ਅੱਗੇ ਨਹੀਂ ਤੁਰਨਾ ਫਿਰ ਉਹ ਵੀ ਕਹੂੰਗਾ ਤੂੰ ਵੀ ਆਦਾ ਮੈਂ ਵੀ ਦੇਖਦਾ ਸੋ ਜਿਹਦੇ ਕਰਕੇ ਭਲਵਾਨ ਉਹ ਤਾਂ ਜੋ ਤੁਹਾਡੇ ਬਰਾਬਰ ਦਾ ਫਿਰ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ ਅਤੇ ਹੌਲੀ ਹੌਲੀ ਤੁਹਾਡਾ ਐਕਸਪੀਰੀਅੰਸ ਵੱਡੇ ਤੋਂ ਵੱਡੇ ਭਲਵਾਨ ਦੇ ਨਾਲ ਤੁਹਾਡਾ ਟਾਕਰਾ ਵੀ ਕਰਾਊਗਾ ਅਤੇ ਤੁਹਾਨੂੰ ਜਿੱਤ ਵੀ ਦਊਗਾ ਅੱਜ ਦੀ ਵੀਡੀਓ 'ਚ ਫਿਰ ਮਿਲਦੇ ਹਾਂ ਥੈਂਕ ਯੂ ਹਰਮਨ